ਪੰਜਾਬੀਆਂ ਦੀ ਬੱਲੇ ਬੱਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਆ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਉਸ ਪੰਜਾਬ ਦੀ ਧਰਤੀ ਤੇ ਅੱਜ ਪਹੁੰਚੇ ਹਾਂ ਤੇ ਪੰਜਾਬ ਦੀ ਧਰਤੀ ਤੇ ਜਦੋਂ ਵੀ ਅਸੀਂ ਆਉਂਦੇ ਹਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਸ਼ਖਸੀਅਤਾਂ ਦੇ ਨਾਲ ਮੁਲਾਕਾਤਾਂ ਕਰੀਏ ਜੋ ਸਾਡੇ ਸਮਾਜ ਵਿੱਚ ਵਿਚਰ ਰਹੀਆਂ ਨੇ, ਕਿਸ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਹਨ ਤੇ ਉਹ ਆਪਣੇ ਮਨੋਰੰਜਨ ਦਾ ਫੀਲਡ ਵੀ ਹੋ ਸਕਦਾ ਤੇ ਜਿਹੜਾ ਸਮਾਜਿਕ ਫੀਲਡ ਵੀ ਹੋ ਸਕਦਾ। ਅੱਜ ਜਿਸ ਸ਼ਖਸੀਅਤ ਨਾਲ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਇਹ ਵੀ ਬਹੁਤ ਲੰਬੇ ਸਮੇਂ ਤੋਂ ਇਸ ਪਾਸੇ ਰਾਜਨੀਤਿਕ ਦੇ ਖੇਤਰ ਦੇ ਵਿੱਚ ਹਨ ਤੇ ਉਹ ਨੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ। ਭਾਜੀ ਸਭ ਤੋਂ ਪਹਿਲਾਂ ਤਾਂ ਪੰਜਾਬੀਆਂ ਦੀ ਬੱਲੇ ਬੱਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜੀ ਆਏ ਕਹਿੰਦੇ, ਹੋਰ ਸੁਣਾਓ ਕੀ ਹਾਲ ਚਾਲ? ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਿੰਘ ਜੀ ਤੁਹਾਡਾ ਤੇ ਤੁਹਾਡੀ ਸਾਰੀ ਜਿਹੜੀ ਵਿਨਸ ਟੀਵੀ ਦੀ ਟੀਮ ਦਾ। ਹਾਂਜੀ, ਬੜੀ ਖੁਸ਼ੀ ਵਾਲੀ ਗੱਲ ਹੈ। ਹਾਂਜੀ, ਤੁਸੀਂ ਅੱਜ ਸਾਨੂੰ ਮੌਕਾ ਦਿੱਤਾ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਜੀ, ਥੈਂਕ ਯੂ ਵੈਰੀ ਮੱਚ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਭਾਜੀ ਉਹਨਾਂ ਦੇ ਨਾਲ ਬਹੁਤ ਸਾਲ ਪਹਿਲਾਂ, ਮਤਲਬ 3-4 ਸਾਲ ਪਹਿਲਾਂ ਇਹ ਪਿੰਡ ਉੱਪਲਾਂ ਦੇ ਵਿੱਚ ਉਹ ਛਿੰਝ ਦਿੱਤੇ ਆਏ ਸੀ ਤੇ ਮੁਲਾਕਾਤ ਆਪਣਾ ਖੈਰ ਬਹੁਤ ਹੀ ਕੁਛ ਮਿੰਟਾਂ ਦੀ ਸੀਗੀ, ਪਰ ਉਹ ਮੈਨੂੰ ਬਹੁਤ ਚੰਗਾ ਲੱਗਾ ਤੁਹਾਡਾ ਸੁਭਾਅ, ਤੁਹਾਨੂੰ ਸਹੀ ਦੱਸਾਂ ਹੈ ਨਾ, ਤੇ ਮੈਂ ਤੁਹਾਨੂੰ ਉਦੋਂ ਆਪਾਂ ਗੱਲ ਕੀਤੀ ਸੀ, ਮੈਂ ਕਿਹਾ ਕਰੀ ਮੈਂ ਖੁੱਲ੍ਹਾ ਟਾਈਮ ਕੱਢ ਕੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਆਪਾਂ ਕਰਾਂਗੇ ਤੇ ਨਾਲ ਸਰੋਤਿਆਂ ਦੇ ਨਾਲ ਵੀ। ਬਿਲਕੁਲ। ਅੱਛਾ, ਆਪਾਂ ਆਪਣੇ ਵਡਾਲ ਸਾਹਿਬ ਮੈਂ ਗੱਲਬਾਤ ਕਹਿੰਦਾ, ਇਸ ਪਹਿਲੀ ਗੱਲ ਤਾਂ ਤੁਹਾਨੂੰ ਪਰਿਵਾਰ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਹਾਂ ਕਿ ਤੁਹਾਡੇ ਫਾਦਰ ਸਾਹਿਬ ਸਵਰਗੀ ਸਰਦਾਰ ਕੁਲਦੀਪ ਸਿੰਘ ਬਡਾਲਾ ਜੀ, ਉਹਨਾਂ ਦੀਆਂ ਬਹੁਤ ਮਿਹਨਤਾਂ ਕਹਿ ਲਓ, ਵੈਸੇ ਚਲੋ ਸਾਧ ਸੰਗਤ ਦੀਆਂ ਅਰਦਾਸਾਂ ਵੀ ਆ, ਦਿਨ ਰਾਤ ਅਸੀਂ ਬਿਲਕੁਲ ਕਰਦੇ ਗਏ ਹਾਂ। ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੁੱਲਣ ਜਾ ਰਿਹਾ ਤੇ ਉਹ ਦੇਖੋ ਹਰੇਕ ਆਪਣੇ ਸੰਗਰਾਂਦ ਦੇ ਉੱਤੇ ਉੱਥੇ ਜਾ ਕੇ ਅਰਦਾਸ ਕਰਦੇ ਹਨ, ਤੁਸੀਂ ਸਾਨੂੰ ਮਾੜਾ ਜਿਹਾ ਉਹਦੇ ਬਾਰੇ ਪਹਿਲਾਂ ਦੱਸੋ। ਦੇਖੋ ਜੀ, ਬਡਾਲਾ ਸਾਹਿਬ ਨੇ ਇਸ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਇੱਕ ਪੰਥਕ ਮਿਸ਼ਨ ਵਜੋਂ ਮੰਨਿਆ ਸੀ। ਹਾਂਜੀ, ਉਹ ਸਮਝਦੇ ਸੀ ਇਹ ਸਿੱਖ ਪੰਥ ਦਾ ਬਹੁਤ ਮਹਾਨ ਮਿਸ਼ਨ ਆ, ਕਰਕੇ ਵੈਸੇ ਵੀ ਆਪਾਂ ਜਦੋਂ ਤੋਂ ਦੇਸ਼ ਦੀ ਵੰਡ ਹੋਈ ਆ ਤੇ ਅਰਬਾਂ ਹੀ ਸੰਗਤਾਂ ਨੇ ਅਰਦਾਸਾਂ ਕੀਤੀਆਂ ਆ ਸਵੇਰੇ ਸ਼ਾਮ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਕਿ ਜਿਹੜੇ ਆਪਣੇ ਤੋਂ ਗੁਰਧਾਮ ਵਿਛੜ ਗਏ ਸੀਗੇ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਸਿੱਖ ਪੰਥ ਨੂੰ ਗੁਰੂ ਸਾਹਿਬ ਬਲ ਬਖਸ਼ਣ। ਹਾਂਜੀ, ਤੇ ਜੇ ਅਸਲ ਰੂਪ ਵਿੱਚ ਜਾਣੀਏ ਤੇ ਇਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਆ ਸਾਰੇ ਸਿੱਖ ਜਗਤ ਤੇ, ਸਿੱਖ ਪੰਥ ਤੇ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ, ਜਿਹੜਾ ਕਿ ਦੋਨਾਂ ਸਰਕਾਰਾਂ ਨੇ ਫੈਸਲਾ ਲੈ ਲਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਦਾ। ਹਾਂਜੀ, ਉੱਦਾਂ ਤਾਂ ਜੇ ਥੋੜਾ ਬੈਕਗਰਾਉਂਡ ਵਿੱਚ ਜਾਈਏ, ਆਪਣੇ ਨਾਲ ਬਹੁਤ ਵੱਡਾ ਉਸ ਸਮੇਂ ਵਿਤਕਰਾ ਹੋਇਆ ਸੀ, ਬੇਇਨਸਾਫੀ ਸੀ, ਬੜਾ ਵੱਡਾ ਅਨਜਸਟਿਸ ਸੀਗਾ। 1947 ਚ ਜਦੋਂ ਆਪਣਾ ਰੈਡੀਕਲ ਲਾਈਨ ਖਿੱਚੀ ਗਈ, ਹਾਂਜੀ, ਉਸ ਸਮੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਪੰਜਾਬ ਵਾਲੇ ਪਾਸੇ ਜਾਈਦਾ ਸੀ, ਕਰਕੇ ਆਪਾਂ ਉਹਨੂੰ ਅੱਖਾਂ ਨਾਲ ਦੇਖ ਸਕਦੇ ਹਾਂ, ਦਰਸ਼ਨ ਕਰ ਸਕਦੇ ਹਾਂ। ਉਧਰ ਵੀ ਤੁਸੀਂ ਉੱਥੇ ਆਏ ਸੀਗੇ, ਮੈਡੀਕਲ ਕੈਂਪ ਲੱਗਾ ਸੀਗਾ, ਕੋਈ ਨੂੰ ਰੇਡੀਓ ਵਾਲੇ ਨਾਲ ਲੈ ਕੇ, ਹਾਂਜੀ, ਤੁਸੀਂ ਆਪ ਵੀ ਦੇਖਿਆ ਸਾਰਾ ਦ੍ਰਿਸ਼, ਬੜੀ ਉੱਥੇ ਰੌਣਕ ਸੀ, ਬੜੀ ਸੰਗਤ ਗਈ ਸੀ ਬਹੁਤ। ਸੋ ਬਡਾਲਾ ਸਾਹਿਬ ਦਾ ਜਿਹੜਾ ਤੁਸੀਂ ਯੋਗਦਾਨ ਦੀ ਗੱਲ ਕਰ ਰਹੇ ਸੀ, ਬਿਲਕੁਲ ਸਹੀ ਆਖਿਆ ਤੁਸੀਂ ਕਿ ਬਹੁਤ ਸੰਸਥਾਵਾਂ ਦਾ ਯੋਗਦਾਨ ਇਹਦੇ ਵਿੱਚ, ਖਾਸ ਕਰ NRI ਜਿਹੜੇ ਸੀ ਨਾ ਆਪਣੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਬਾਹਰਲੀਆਂ, ਚਾਹੇ ਇੰਗਲੈਂਡ ਦੀਆਂ ਹੋਣ, ਕੈਨੇਡਾ ਦੀਆਂ ਜਾਂ ਅਮਰੀਕਾ ਦੀਆਂ ਜਾਂ ਕਿਸੇ ਵੀ ਆਪਣੇ ਦੁਨੀਆਂ ਦੇ ਖੇਤਰ ਦੀਆਂ, ਉਹਨਾਂ ਨੇ ਵੀ ਆ ਕੇ ਉੱਥੇ ਬੜਾ ਯੋਗਦਾਨ ਪਾਇਆ। ਪਰ ਬਡਾਲਾ ਸਾਹਿਬ ਨੇ ਇਸ ਇਸ਼ੂ ਨੂੰ, ਇਸ ਆਪਣੇ ਮਿਸ਼ਨ ਨੂੰ ਜਾਂ ਇਸ ਮੰਗ ਨੂੰ ਕਹਿ ਲਓ ਇੰਟਰਨੈਸ਼ਨਲ ਲੈਵਲ ਤੱਕ ਲਿਜਾਣ ਵਿੱਚ ਉਹਨਾਂ ਨੇ ਬਹੁਤ ਆਪਣੀ ਵੱਡੀ ਭੂਮਿਕਾ ਨਿਭਾਈ, ਵੱਡਾ ਉਹਨਾਂ ਦਾ ਇਨੀਸ਼ੀਏਟਿਵ ਤੇ ਉਹਨਾਂ ਦੀ ਸੀਗੀ ਇਹ ਯੋਗਦਾਨ ਸੀਗਾ। ਹਾਂਜੀ, ਇਸ ਕਰਕੇ ਜਦੋਂ ਬਡਾਲਾ ਸਾਹਿਬ ਨੇ ਪਹਿਲੀ ਅਰਦਾਸ ਕੀਤੀ 2001 ਦੀ ਵਿਸਾਖੀ ਤੋਂ ਸ਼ੁਰੂ ਕੀਤੀ, ਉਦੋਂ ਜੇ ਆਪਾਂ ਥੋੜਾ ਹੋਰ ਆਪਣੇ ਪਿੱਛੇ ਗੱਲ ਕਰੀਏ ਤੇ 1999 ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਬੱਸ ਲੈ ਕੇ ਗਏ ਸੀ ਲਾਹੌਰ। ਹਾਂਜੀ ਹਾਂ, ਉਸ ਜਦੋਂ ਬੱਸ ਦਾ ਉੱਥੇ ਆਪਣੇ ਗਏ ਸਾਰੇ ਹਿੰਦੁਸਤਾਨ ਦੇ ਲੀਡਰ ਗਏ, ਉੱਥੇ ਜਦੋਂ ਇਹਨਾਂ ਦੀਆਂ ਮੀਟਿੰਗਸ ਹੋਈਆਂ ਲਾਹੌਰ ਵਿੱਚ, ਉਦੋਂ ਸੁਣਿਆ ਕਿ ਪਹਿਲੀ ਦਫਾ ਜ਼ਿਕਰ ਹੋਇਆ ਸੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ, ਨਿਕਲਣਾ ਚਾਹੀਦਾ। ਹਾਂਜੀ, ਉਹ ਗੱਲ ਫਿਰ ਚੱਲਦੀ ਗਈ, ਮਾਝੇ ਦੀ ਸੰਗਤ ਇਕੱਠੀ ਹੋ ਕੇ ਆਈ ਸੀ ਬਡਾਲਾ ਸਾਹਿਬ ਕੋ ਵੀ ਤੁਸੀਂ ਕੁਛ ਇਹਦਾ ਉਪਰਾਲਾ ਕਰੋ, ਤੇ ਬਡਾਲਾ ਸਾਹਿਬ ਨੇ ਉੱਥੇ ਧਾਰੀਵਾਲ ਪੰਜਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੋਇਆ ਇਤਿਹਾਸਕ, ਉੱਥੇ ਮੀਟਿੰਗ ਰੱਖੀ ਸਾਰੇ ਸੰਗਤ ਦੀ, ਸਾਰੇ ਪੰਜਾਬ ਚੋਂ ਲੋਕ ਇਕੱਠੇ ਹੋਏ, ਫਿਰ ਉੱਥੇ ਉਹਨਾਂ ਨੇ ਜਕਾਰਾ ਲਾਇਆ ਵੀ ਆਪਾਂ ਇਹਦੇ ਵਾਸਤੇ ਉਪਰਾਲਾ ਕਰਾਂਗੇ। ਤੇ ਉਸ ਤੋਂ ਪਹਿਲੀ ਅਰਦਾਸ ਉਹਨਾਂ ਨੇ 2001 ਦੀ ਵਿਸਾਖੀ ਨੂੰ ਕੀਤੀ, ਉਸ ਤੋਂ ਬਾਅਦ ਹਰ ਮੱਸਿਆ ਤੇ ਲਗਾਤਾਰ 18 ਸਾਲ ਉਹ ਜਾਂਦੇ ਰਹੇ,
ਅਖੀਰਲੇ ਸਮੇਂ ਤੱਕ ਜਿਨ੍ਹਾਂ ਤੱਕ ਉਹ ਪਰਮਾਤਮਾ ਦੇ ਚਰਨਾਂ ਵਿੱਚ ਨਹੀਂ ਗਏ ਉਹਨਾਂ ਤੱਕ ਉਹਨਾਂ ਨੇ ਅਰਦਾਸਾਂ ਕੀਤੀਆਂ। ਕਿਤੇ ਕਿਤੇ ਇੱਕ ਦੋ ਅਰਦਾਸਾਂ ਜਦੋਂ ਬਹੁਤੇ ਠੀਕ ਨਹੀਂ ਸੀਗੇ ਵੈਸੇ ਉਦੋਂ ਵੀ ਜਾਂਦੇ ਸੀ, ਪਰ ਜਦੋਂ ਵਿਦੇਸ਼ਾਂ ਵਿੱਚ ਗਏ ਸੀ ਉਦੋਂ ਨਹੀਂ ਉਹ ਜਾ ਸਕੇ। ਚਲੋ, ਬਾਕੀ ਹਰ ਵੇਲੇ ਉਹ ਜਾ ਕੇ ਅਰਦਾਸ ਕਰਦੇ ਰਹੇ ਤੇ ਇਹਦੇ ਕਰਕੇ ਇਹ ਮਸਲਾ ਆਪਣੇ ਬਹੁਤ ਵੱਡੇ ਲੈਵਲ ਤੇ ਉਭਰਿਆ। ਸਿੱਖਾਂ ਦੀ ਮੰਗ ਬਣ ਗਈ, ਪੰਥ ਦੀ ਮੰਗ ਬਣ ਗਈ। ਪਾਕਿਸਤਾਨ ਜਾ ਕੇ ਵੀ ਉੱਥੇ ਜਦੋਂ ਪਹਿਲੀ ਵਾਰ ਗਏ ਸਤਿਕਾਰਾ ਸਿੰਘ ਜੀ, ਹਾਂਜੀ ਹਾਂ, ਬੜੀ ਮਤਲਬ ਜ਼ਿਕਰ ਹੋਈ ਉਹ ਗੱਲ ਆ, ਇੰਪੋਰਟੈਂਟ ਇਫੈਕਟ ਆ ਕਿ ਜੋ ਪਹਿਲੀ ਦਫਾ ਗਏ ਉਸ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਪਣੇ ਕੰਪਾਊਂਡ ਵਿਚ, ਹਾਂਜੀ, ਉਹਦੇ ਆਪਣੇ ਜਿੱਥੇ ਚਾਰ ਦੁਆਰੀ ਦੇ ਵਿਚ ਉੱਥੇ ਪਸ਼ੂ ਬੰਨੇ ਹੁੰਦੇ ਸੀ ਜਿਹੜੇ ਉੱਥੇ ਸੀਗੇ ਨਾ ਜ਼ਿਮੀਦਾਰ ਲੋਕ, ਕਰਤਾਰਪੁਰ ਸਾਹਿਬ ਦੇ ਜਿਹੜੇ ਦਰਬਾਰ ਸਾਹਿਬ ਉਹ ਪਸ਼ੂ ਬੰਨੇ ਸੀ ਉਹਨਾਂ ਨੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਸੀ ਬਿਲਡਿੰਗ ਦੇ, ਇਹਨਾਂ ਨੇ ਜਾ ਕੇ ਪਸ਼ੂ ਖਿਲਾਏ, ਇੱਥੋਂ ਤੱਕ ਕਿ ਜ਼ਮੀਨ ਵੀ 10 ਏਕੜ ਲੈ ਕੇ ਦਿੱਤੀ ਜਿਹੜਾ ਉੱਥੇ ਦਾ ਪਾਕਿਸਤਾਨ ਦਾ ਔਕਾਫ ਬੋਰਡ ਕਹਿੰਦੇ ਇਹਨੂੰ, ਜਿਹੜੇ ਘੱਟ ਗਿਣਤੀ ਆਉਂਦੀਆਂ ਜਿਹੜੀਆਂ ਧਾਰਮਿਕ ਅਸਥਾਨ ਨੇ ਉਹਨਾਂ ਦੀ ਸੇਵਾ ਸੰਭਾਲ ਉਹਨਾਂ ਕੋਲ ਆ, ਤੇ ਉਹ ਉਸ ਬੋਡੀ ਨਾਲ ਗੱਲ ਕਰਕੇ ਜ਼ਮੀਨ ਲੈ ਕੇ ਦਿੱਤੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ। ਫਿਰ ਉਹ ਜਿਹੜਾ ਕੱਚਾ ਰਾਹ ਸੀ ਲਾਹੌਰ ਤੋਂ ਆਉਂਦਾ ਉਹਨੂੰ ਪੱਕਾ ਕਰਾਇਆ, ਹੌਲੀ ਹੌਲੀ ਮਤਲਬ ਉੱਥੇ ਪਾਕਿਸਤਾਨ ਦੇ ਜਿਹੜੀ ਸੰਗਤ ਜਾਂ ਪਾਕਿਸਤਾਨੀ ਸਰਕਾਰ ਸੀ, ਸ਼ੌਕਤ ਅਜ਼ੀਜ਼ ਸੀ ਉਸ ਸਮੇਂ ਆਪਣੇ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਮਿਲੇ ਇੱਕ ਵਾਰੀ, ਪਰਵੇਜ਼ ਮੁਸ਼ਰਫ ਸੀਗਾ ਪ੍ਰੈਜ਼ੀਡੈਂਟ, ਉਹਨੂੰ ਮਿਲੇ, ਤਾਂ ਕਿ ਮਤਲਬ ਉਹ ਆਪਣੇ ਪਾਕਿਸਤਾਨ ਨਾਲ ਵੀ ਤੇ ਹਿੰਦੁਸਤਾਨ ਨਾਲ ਦੋਵਾਂ ਸਰਕਾਰਾਂ ਨਾਲ ਲਗਾਤਾਰ ਗੱਲ ਵੀ ਕਰਦੇ ਰਹੇ, ਜਥੇ ਵੀ ਲੈ ਕੇ ਜਾਂਦੇ ਰਹੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ ਵਾਸਤੇ, ਤਾਂ ਕਿ ਇਹ ਜਿਹੜਾ ਹੈਗਾ ਆਪਣਾ ਇਹ ਮੰਗ ਹੈ, ਮਿਸ਼ਨ ਹੈ, ਪੂਰੀ ਹੋ ਜਾਵੇ। ਤੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜਿਹੜਾ ਕਿ ਸਰਕਾਰਾਂ ਨੇ ਇਹ ਮੰਗ ਲਿਆ। ਅੱਛਾ, ਮੈਂ ਥੋੜਾ ਜਿਹਾ ਤੁਹਾਨੂੰ ਇਹ ਜ਼ਿਆਦਾ ਇਸ ਬਾਰੇ ਪਤਾ ਕਿਉਂਕਿ ਅਸੀਂ ਤਾਂ ਉੱਧਰ ਖੈਰ ਪੜ੍ਹਨ ਦੇ ਬਾਰੇ, ਕਹਿੰਦੇ ਕਿ ਇਹ ਜਿਹੜਾ ਜਦੋਂ ਵੰਡ ਹੋਈ ਹੈ ਨਾ, ਇਹ ਗੁਰਦੁਆਰਾ ਆਪਣੇ ਵਾਲੇ ਪਾਸੇ ਹੀ ਆਉਂਦਾ ਸੀ, ਤੇ ਉਹ ਮੈਨੂੰ ਪਤਾ ਨਹੀਂ ਕਿੱਥੇ ਤੱਕ ਸੱਚਾਈ ਹੈਗੀ ਆ, ਤੇ ਉਹ ਕਹਿੰਦੇ ਬੇਈ ਕਰਕੇ ਤੇ ਅਸੀਂ ਹੋਰ ਇਲਾਕਾ ਉਹਨਾਂ ਨੂੰ ਇਹ ਉਹਨਾਂ ਨੂੰ ਦਿੱਤਾ, ਹੋਰ ਇਲਾਕਾ ਅਸੀਂ ਆਪ ਲੈ ਲਏ, ਇਹ ਸਹੀ ਹੈ ਕਿਸੇ ਹੱਦ ਤੱਕ? ਨਹੀਂ ਏਦਾਂ ਜੀ, ਹੁਣ ਜਦੋਂ ਤੁਸੀਂ ਸਾਰੀਆਂ ਪੁਰਾਣੇ ਆਰਟੀਕਲ ਪੜ੍ਹੋ ਕਰਕੇ, ਹੁਣ ਜਦੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਚਰਚਾ ਸ਼ੁਰੂ ਹੋਈ ਤੇ ਬਹੁਤ ਸਾਰੇ ਜਿਹੜੇ ਹੈਗੇ ਜਰਨਲਿਸਟ ਜਾਂ ਆਪਣੇ ਹਿਸਟੋਰੀਅਨਸ ਨੇ ਆਪਣੇ ਆਪਣੇ ਜਿਹੜੇ ਨਾ ਰਿਸਰਚ ਕਰਕੇ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਲਿਖੀਆਂ ਵੀ ਤੇ ਜ਼ਾਹਰ ਵੀ ਕੀਤੀਆਂ। ਉਹਦੇ ਵਿੱਚ ਇੱਕ ਗੱਲ ਬੜੀ ਦਿਲਚਸਪ ਸਾਹਮਣੇ ਆਈ ਹੈ ਜੀ, ਕਿ ਜਦੋਂ ਪਹਿਲਾਂ ਰੈੱਡ ਕਲਿਫ ਨੇ ਲਾਈਨ ਖਿੱਚੀ ਸੀ, ਦੇਖੋ ਬੜਾ ਆਪਣੇ ਨਾਲ ਧੱਕਾ ਹੋਇਆ ਜੀ, ਪੰਜਾਬੀਆਂ ਦਾ ਕਾਲ ਹੋਇਆ ਬਹੁਤ ਜ਼ਿਆਦਾ, ਪੰਜਾਬ ਦੀ ਵੰਡ ਨਹੀਂ ਹੋਣੀ ਚਾਹੀਦੀ, ਮਤਲਬ ਆਪਣੇ ਪਿੰਡ ਦੇ ਪੰਜਾਬੀ ਆ ਸਾਰੇ, ਬਿਲਕੁਲ ਉਹੀ ਨਹੀਂ, ਉਹ ਕਸ਼ਮੀਰ ਚ ਦੇਖੋ ਕਿੰਨਾ ਰੌਲਾ ਪੈ ਰਿਹਾ, ਕਸ਼ਮੀਰ ਜਿਹਨਾਂ ਦੀ ਕੋਈ ਬਹੁਤ ਵੱਡੀ ਕੋਈ ਆਪਾਂ ਉਹਨਾਂ ਦੀ ਮੰਗ ਨੀ ਮੰਨੀ ਜਾਂਦੀ ਜਾਂ ਕੰਸੈਸ਼ਨ ਸਰਕਾਰ ਨਹੀਂ ਦਿੰਦੀ ਕਸ਼ਮੀਰ ਸ਼ਾਂਤੀ ਨੂੰ, ਸਰਕਾਰ ਅਸੀਂ ਕਹਿੰਦੇ ਤੁਸੀਂ ਕਸ਼ਮੀਰ ਉਹ ਦੇਣ ਦੇ ਉਹਨੂੰ, ਕਸ਼ਮੀਰ ਦੇਣ ਦੇ ਨਾਲੇ ਮੁਸਲਿਮ ਡੋਮੀਨੇਟਡ ਸੀਗਾ ਤੇ ਪੰਜਾਬ ਕੱਲ ਹੀ ਦਿੱਤਾ, ਪਰ ਚਲੋ ਜਦੋਂ ਰੈੱਡ ਕਲਿਫ ਨੇ ਪਹਿਲੀ ਲਾਈਨ ਖਿੱਚੀ ਜੀ, ਲਾਹੌਰ ਵੀ ਪੰਜਾਬ ਵਾਲੇ ਪਾਸੇ ਸੀਗਾ, ਤੇ ਲਾਹੌਰ ਆਪਣੇ ਸੀਗਾ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਆਪਣੇ ਹੋਣੇ ਸੀ ਸਾਰੇ ਆ ਜਾਣੇ ਸੀਗਾ। ਫਿਰ ਅੰਗਰੇਜ਼ ਨੂੰ ਆਖਿਆ ਉਸ ਸਮੇਂ ਦੇ ਲੀਡਰਾਂ ਨੇ ਵੀ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਆ ਉਹਨੂੰ ਵੀ ਵੱਡਾ ਸ਼ਹਿਰ ਚਾਹੀਦਾ, ਉਹਨਾਂ ਨੇ ਮੁੜ ਕੇ ਲਾਹੌਰ ਫਿਰ ਉੱਧਰ ਦਿੱਤਾ, ਫਿਰ ਗੁਰਦਾਸਪੁਰ ਚਲੇ ਗਿਆ, ਗੁਰਦਾਸਪੁਰ ਚਲੇ ਗਿਆ ਉੱਧਰ ਪਾਕਿਸਤਾਨ ਚ। ਫਿਰ ਪੰਡਿਤ ਨਹਿਰੂ ਨੇ ਕਿਹਾ ਕਿ ਸਾਨੂੰ ਜਿਹੜੀ ਕਸ਼ਮੀਰ ਨੂੰ ਰਾਹ ਚਾਹੀਦਾ ਸਾਨੂੰ, ਤੇ ਜੇ ਗੁਰਦਾਸਪੁਰ ਦੇ ਦਿੱਤਾ ਤਾਂ ਉਸ ਜ਼ਿਲ੍ਹਾ ਤੇ ਸਾਡਾ ਕਸ਼ਮੀਰ ਵਾਲਾ ਰਾਹ ਬੰਦ ਹੋ ਜਾਂਦਾ ਹੈ, ਬਿਕੋਜ਼ ਨਾਲ ਉਹਦੇ ਲੱਗ ਜਾਂਦਾ ਜੰਮੂ ਕਸ਼ਮੀਰ ਨਾਲ ਗੁਰਦਾਸਪੁਰ ਜ਼ਿਲ੍ਹਾ ਆਪਣਾ। ਫਿਰ ਗੁਰਦਾਸਪੁਰ ਆਪਣੇ ਵਾਲੇ ਪਾਸੇ ਆਇਆ, ਲੇਕਿਨ ਉਸ ਸਮੇਂ ਜਿਹੜੇ ਹਿੰਦੁਸਤਾਨ ਦੇ ਲੀਡਰ ਸੀਗੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਜਿਹੜੀ ਰਾਵੀ ਆ, ਹੁਣ ਦੱਸੋ ਰਾਵੀ ਜੇ ਆਪਾਂ ਪਠਾਨਕੋਟ ਜਾਂਦੇ ਹਾਂ, ਦੀਨਾਨਗਰ ਜਾਂਦੇ ਹਾਂ ਤਾਂ ਰਾਵੀ ਆਪਣੇ ਹਿੰਦੁਸਤਾਨ ਵਾਲੇ ਪਾਸੇ ਆ, ਜਦੋਂ ਆਪਾਂ ਥੱਲੇ ਨੂੰ ਆ ਜਾਂਦੇ ਹਾਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਵੱਲ ਨੂੰ ਤੇ ਰਾਵੀ ਚੱਲ ਜਾਂਦੀ ਆ ਪਾਕਿਸਤਾਨ, ਪਾਕਿਸਤਾਨ ਚੱਲ ਜਾਂਦੀ, ਹਾਂ ਉਹਦੀ ਉੱਧਰ ਚੱਲ ਜਾਂਦੀ। ਅੱਛਾ ਬਰਾਲਾ ਸਾਹਿਬ, ਤੁਸੀਂ ਐਮ ਐਲ ਏ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ, ਤੁਸੀਂ ਉੱਧਰ ਵੀ ਜਾਂਦੇ ਰਹਿੰਦੇ ਹੈਗੇ ਨਾ, ਤੇ ਤੁਹਾਨੂੰ ਇੱਧਰ ਲਈ ਤਾਂ ਉੱਧਰ ਦੀ ਰਾਜਨੀਤੀ ਵਿੱਚ ਕੀ ਫਰਕ ਨਜ਼ਰ ਆਉਂਦਾ? ਦੇਖੋ ਜੀ, ਬਹੁਤ ਜ਼ਿਆਦਾ ਫਰਕ ਆ, ਬੜਾ ਬੜਾ ਅੰਤਰ ਆ ਕਹਿ ਲਓ। ਵੈਸੇ ਕਈ ਵਾਰੀ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਉਹਨਾਂ ਦੇਸ਼ਾਂ ਦਾ ਆਪਣੇ ਦੇਸ਼ ਨਾਲ ਦਿਨ ਰਾਤ ਦਾ ਫਰਕ ਆ, ਤੇ ਚਲੋ ਸਿਸਟਮ ਦੀ ਗੱਲ ਕਰ ਲਓ, ਸਰਕਾਰਾਂ ਦੀ ਗੱਲ ਲਓ, ਜਾਂ ਸਾਰੇ ਆਪਣੇ ਨਹੀਂ ਜਿਹੜਾ ਹੈਗਾ ਗਵਰਨਮੈਂਟ ਦੇ ਕੰਮ ਕਰਨ ਦੇ ਤਰੀਕੇ ਦੀ ਗੱਲ ਕਰ ਲਓ, ਪਹਿਲਾਂ ਤਾਂ ਕਹਾਂਗੇ ਜੀ ਕਿ ਉਹ ਰਾਜਨੀਤੀ ਥੋੜੀ ਜਿਹੀ ਉਹਨਾਂ ਦੀ ਰਾਜਨੀਤੀ ਆਪਣੇ ਨਾਲੋਂ ਵੈਲਿਊ ਬੇਸਡ ਆ, ਕਦਰਾਂ ਕੀਮਤਾਂ ਤੇ ਰਾਜਨੀਤੀ ਕਰਦੇ ਆ ਆਪਣੇ, ਥੋੜਾ ਜਿਹਾ ਜੇ ਆਪਾਂ ਕਹੀਏ ਨਾ ਜੀ, ਇੱਥੇ ਰਾਜਨੀਤੀ ਪਰਸਨੈਲਿਟੀ ਦੇ ਆਲੇ ਦੁਆਲੇ ਘੁੰਮਣ ਲੱਗ ਪਈ ਆ, ਕੋਈ ਬਹੁਤਾ ਇਸ਼ੂਜ਼ ਦੀ ਗੱਲ ਆਈਡੀਓਲੋਜੀ ਦੀ ਗੱਲ ਬਹੁਤੀ ਰਹੀ ਨਹੀਂ ਹੈ। ਹੁਣ ਇਲੈਕਸ਼ਨ ਆਉਂਦੀ ਆ, ਇੱਥੇ ਇੱਕ ਪਾਰਟੀ ਜੇ ਨਹੀਂ ਟਿਕਟ ਦਿੰਦੀ ਦੂਜੀ ਪਾਰਟੀ ਚੱਲ ਜਾਂਦੇ ਆ, ਉਧਰੋਂ ਆਪਣੇ ਇਲੈਕਸ਼ਨ ਲੜ ਲੈਂਦੇ ਆ, ਮਤਲਬ ਵਿਚਾਰਧਾਰਕ ਗੱਲ ਸਿਧਾਂਤਕ ਗੱਲ ਤੇ ਸਾਰੀਆਂ ਪਾਰਟੀਆਂ ਨੇ ਤਕਰੀਬਨ ਛੱਡੀ ਆ, ਇੰਡੀਆ ਦੀ ਗੱਲ ਕਰਦਾ ਮੈਂ, ਉੱਥੇ ਤੁਹਾਡੇ ਤਾਂ ਮਤਲਬ ਚਲੋ ਠੀਕ ਆ ਆਈਡੀਓਲੋਜੀ ਵੱਖਰੀ ਵੱਖਰੀ ਹੁੰਦੀ ਆ, ਲੇਕਿਨ ਉੱਥੇ ਕਹਾਂਗੇ ਕਿ ਆਪਣੇ ਨਾਲੋਂ ਸਾਫ਼ ਸੁਥਰੀ ਰਾਜਨੀਤੀ ਆ ਤੇ ਆਪਣੇ
ਲੋਕਾਂ ਦੀਆਂ ਜਿਹੜੀਆਂ ਆਸਾਂ ਐਸਪੀਰੇਸ਼ਨਸ ਆ ਉਹਦੇ ਵਾਸਤੇ ਲੋਕ ਕੰਮ ਕਰਦੇ ਆ। ਕਈ ਵਾਰੀ ਇੱਥੇ ਆਪਾਂ ਦੇਖਣ ਨੂੰ ਮਿਲਦਾ ਹੈ ਆਪਣੇ ਇੰਡੀਆ ਵਿੱਚ ਕਿ ਰਾਜਨੀਤਿਕ ਲੀਡਰ ਆਪਣੇ ਵੀ ਕੰਮ ਕਰਦੇ ਆ, ਲੋਕਾਂ ਲਈ ਕੰਮ ਨਹੀਂ ਕਰਦੇ, ਆਪਣੇ ਲਈ ਕਰਦੇ ਆ। ਸੋ ਬੜਾ ਕੁਛ ਹੈ ਜੀ, ਬੜਾ ਅੰਤਰ ਆ। ਪਰ ਇਹ ਕਹੂੰਗਾ ਜੀ, ਦੇਖੋ ਤੁਹਾਡੇ ਆਪਣੇ ਸਵੀਨਿਸ਼ ਟੀਵੀ ਦੇ ਆਪਣੇ ਮਾਧਿਅਮ ਰਾਹੀਂ ਵੀ ਇਹ ਇੰਡੀਅਨ ਜਿਹੜੇ ਪੋਲੀਟੀਸ਼ੀਅਨਸ ਆ ਜਾਂ ਪੰਜਾਬ ਦੇ ਜਿਹੜੇ ਸਿਆਸਤਦਾਨ ਆ, ਸਾਰਾ ਪੰਜਾਬ ਤਾਂ ਬਾਹਰ ਹੀ ਵੱਸਦਾ ਹੁਣ, ਦੇਖੋ ਆਪਣੇ ਸਾਰੇ ਪਰਿਵਾਰ ਬਾਹਰ ਰਹਿੰਦੇ ਆ, ਤੇ ਹੁਣ ਤਾਂ ਕੋਈ ਏਦਾਂ ਦੀ ਗੱਲ ਹੀ ਨਹੀਂ। ਬੱਚਾ ਕੋਈ ਬੱਚਾ ਉੱਠਦਾ ਆ ਬਾਰਵੀਂ ਤੋਂ ਬਾਅਦ, ਉਹਨੂੰ ਪੁੱਛੋ ਕੀ ਕਰਨਾ, ਤੇ ਉਹ ਕਹਿੰਦਾ ਮੈਂ ਬਾਹਰ ਜਾਣਾ। ਪਰ ਬਾਹਰਲੇ ਸਿਸਟਮ ਤੋਂ ਕੁਛ ਸਿੱਖ ਕੇ ਲਿਆਉਣਾ ਚਾਹੀਦਾ ਇੱਥੇ ਇਹਨਾਂ ਨੂੰ। ਭਾਜੀ ਮੈਂ ਇੱਕ ਗੱਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ, ਠੀਕ ਹੈ ਪ੍ਰਵਾਸ ਸ਼ੁਰੂ ਤੋਂ ਚੱਲਦਾ ਰਿਹਾ ਮੇਰੇ ਖਿਆਲ ਮਿਡਲ ਆਫ 55 ਤੋਂ ਇਹ ਪ੍ਰਵਾਸੀ ਬਾਹਰ ਜਾਣਾ ਸ਼ੁਰੂ ਹੋ ਗਏ ਸੀ ਇੰਗਲੈਂਡ ਦੇ ਵਿੱਚ, ਕੈਨੇਡਾ ਵਿੱਚ। ਤੂੰ ਪਹਿਲਾਂ ਵੀ ਗਏ ਸੀ ਆਪਣੇ ਜਦੋਂ ਕਾਮਾਗਾ ਟਮਾਰੂ ਜਿਹੜਾ ਸਾਕਾ ਹੋ ਸੀ ਉਦੋਂ ਵੀ ਗਏ ਸੀ, ਗਦਰੀ ਬਾਬੇ ਗਏ ਸੀਗੇ ਪਹਿਲਾਂ ਦੇ ਗਏ ਸੀਗੇ। ਹੁਣ ਜਿਹੜੇ ਬੱਚੇ ਆ ਜਿਹੜੇ ਯੰਗਸਟਰ ਆ ਉਹ ਬਾਹਰ ਹੀ ਜਾਣਾ ਚਾਹੁੰਦੇ, ਸੋ ਇਹਨਾਂ ਦੀ ਆਪਾਂ ਭੇਜੇ ਹੁਣ ਸਾਰਾ ਕੁਛ ਬਾਹਰ ਹੀ ਭੇਜੀ ਜਾਂਦੀ ਹੈਗੀ ਆ, ਤੇ ਪੰਜਾਬ ਕੋਲ ਕੀ ਰਹੇ ਜੀ? ਉਹ ਤਾਂ ਪਤਾ ਕੀ ਦੀਦਾ ਉਹਨਾਂ ਜੀ, ਕਾਰਨ ਤੇ ਆ ਵੀ ਜਨਰੇਸ਼ਨ ਆਪਣੀ ਅਗਲੀ ਜਿਹੜੀ ਜਨਰੇਸ਼ਨ ਸੀ ਨਾ ਜੀ, ਪੀੜ੍ਹੀ ਸੀ, ਉਹ ਵੱਡੀ ਹੋ ਗਈ, ਪੜ੍ਹ ਲਿਖ ਕੇ ਉਹਨਾਂ ਕੋਲ ਡਿਗਰੀਆਂ ਆ ਗਈਆਂ, ਤੇ ਉਹ ਚਾਹੁੰਦੇ ਸੀ ਅਸੀਂ ਚੰਗੀ ਲਾਈਫ ਲੀਡ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਚਲੋ ਜੇ ਜੋਬਸ ਵੀ ਚੰਗੀਆਂ ਹੋਣ ਜਾਂ ਕੋਈ ਚੰਗੀ ਓਪਰਚੁਨਿਟੀ ਹੋਵੇ ਜਿੱਥੇ ਆਪਣਾ ਕੰਮ ਕਰ ਸਕਦੇ ਹਾਂ, ਕੋਈ ਬਿਜ਼ਨਸ ਕਰ ਸਕਦੇ ਜਾਂ ਕੋਈ ਸੈਲਫ ਇੰਪਲੋਇਮੈਂਟ ਦੇ ਆਪਣੇ ਉਹਦੇ ਮੌਕੇ ਮਿਲਣ ਉਹਨਾਂ ਨੂੰ, ਤੇ ਇੱਥੇ ਇਸ ਗੱਲ ਦੀ ਘਾਟ ਇੰਡੀਅਨ ਸਿਸਟਮ ਵਿੱਚ ਰਹੀ ਆ। ਚਾਹੇ ਦੇਖੋ ਹੁਣ ਤਾਂ ਇੰਨੀਆਂ ਪ੍ਰਾਈਵੇਟ ਕਾਲਜ ਖੁੱਲ ਗਏ, ਇੰਨੇ ਡਾਕਟਰ ਬਣ ਰਹੇ ਨੇ, ਇੰਜੀਨੀਅਰ ਬਣ ਰਹੇ ਆ, ਪਰ ਉਹਨਾਂ ਦੀ ਜਿਹੜੀ ਐਡਜਸਟਮੈਂਟ ਹੋ ਨਹੀਂ ਰਹੀ, ਕਿਤੇ ਇੰਨੀਆਂ ਆਪਣੇ ਬੱਚੇ ਡਿਗਰੀਆਂ ਲੈ ਰਹੇ ਆ ਤਕਰੀਬਨ, ਹੁਣ ਕਾਫੀ ਅੱਗੇ ਨੂੰ ਐਜੂਕੇਸ਼ਨ ਦਾ ਲੈਵਲ ਬਹੁਤ ਜ਼ਿਆਦਾ ਅੱਗੇ ਨੂੰ ਬੈਟਰ ਹੋ ਗਿਆ, ਅੱਗੇ ਨੂੰ ਬੱਚੇ ਜ਼ਿਆਦਾ ਪੜ੍ਹ ਰਹੇ ਆ, ਪਰ ਉਹਦੇ ਨਾਲ ਨਾਲ ਇਹ ਆ ਕਿ ਉਹਨਾਂ ਦਾ ਕੈਰੀਅਰ ਨਹੀਂ ਬਣ ਰਿਹਾ ਇੱਥੇ। ਤੇ ਬਾਕੀ ਜਿੰਨੇ ਵੀ ਅਸੀਂ ਬਾਹਰ ਜਿੱਦਾਂ ਰਹਿੰਦੇ ਹੈਗੇ ਹਾਂ ਉਹ ਸਾਰਿਆਂ ਨੂੰ ਪੰਜਾਬ ਦਾ ਫਿਕਰ ਰਹਿੰਦਾ ਹੈਗਾ, ਤੇ ਤੁਸੀਂ ਬਾਹਰ ਜਿਹੜੇ NRI ਆ ਆਪਣੇ ਵਿਰਾਲਾ ਸਾਹਿਬ ਉਹਨਾਂ ਤੋਂ ਕੀ ਉਮੀਦ ਰੱਖਦੇ ਹੈਗੇ ਕਿ ਪੰਜਾਬ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹੈਗੇ ਜਾਂ ਤੁਸੀਂ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰਨਾ ਚਾਹੁੰਦੇ? ਬਹੁਤ ਵੱਡੀ ਗੱਲ ਹੈ ਜੀ ਇਹ ਤੁਸੀਂ ਜੋ ਹੁਣ ਕਹਿ ਕੇ ਹਟੇ ਆ। ਦੇਖੋ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਆਪਣੇ ਸਤਿਕਾਰਯੋਗ ਜਿਹੜੀ ਸੰਗਤ ਬਾਹਰਲੇ ਦੇਸ਼ਾਂ 'ਚ ਵੱਸਦੀ ਆ, ਆਪਣਾ NRI ਡਾਇਸਪੋਰਾ ਆ, ਪੰਜਾਬੀ ਬਾਹਰ ਜਿਹੜੇ ਹੈਗੇ ਆ ਵੱਖਰੇ ਵੱਖਰੇ ਮੁਲਕਾਂ 'ਚ ਤੁਹਾਡੇ ਇਸ ਵੀਨਸ ਟੀਵੀ ਦੇ ਰਾਹੀਂ, ਕਿ ਤੁਸੀਂ ਪੰਜਾਬੀਆਂ ਨੇ ਬਾਹਰ ਵੱਸਦੇ ਪਰਿਵਾਰਾਂ ਨੇ ਉਹ ਕੰਮ ਕੀਤੇ ਜੋ ਸਰਕਾਰਾਂ ਵੀ ਨਹੀਂ ਕਰ ਸਕੀਆਂ। ਹਾਂਜੀ, ਅਸੀਂ ਬਹੁਤ ਵਾਰੀ ਹਰ ਉੱਤੇ ਪਲੇਟਫਾਰਮ 'ਤੇ ਵੀ ਗੱਲ ਆਖੀ ਆ ਕਿ NRI ਜਿਹੜਾ ਵੱਡਾ ਯੋਗਦਾਨ ਪਾ ਰਹੇ ਨੇ, ਪਾ ਚੁੱਕੇ ਨੇ ਤੇ ਪਾ ਸਕਦੇ ਨੇ, ਜਿਹੜਾ ਕਿ ਸਰਕਾਰ ਕੋਲੋਂ ਕਰਨਾ ਕਈ ਵਾਰੀ ਅਸੰਭਵ ਹੁੰਦਾ ਹੈ, ਕਿਉਂਕਿ ਸਰਕਾਰ ਕੋਲ ਹੋਰ ਬਹੁਤ ਵੱਡਾ ਅਮਲਾ ਫੈਲਾ ਆ, ਬੜੇ ਵੱਡੀਆਂ ਪ੍ਰਾਇਰਟੀਜ਼ ਆ, ਉਹਨਾਂ ਨੂੰ ਆਪਣੇ ਸਰਕਾਰ ਨੂੰ ਹਰ ਖੇਤਰ ਵਿੱਚ ਆਪਣਾ ਕਰਨਾ ਪੈਂਦਾ, ਕੰਟਰੀਬਿਊਟ ਕਰਨਾ ਪੈਂਦਾ। NRI ਨੂੰ ਬੇਨਤੀ ਕਰਦੇ ਅਪੀਲ ਕਰਦੇ ਹਾਂ ਕਿ ਭਾਈ ਤੁਸੀਂ ਆਪਣੇ ਆਪਣੇ ਪਿੰਡਾਂ ਨੂੰ ਹੀ ਆਪਾਂ ਸੰਭਾਲ ਲਈਏ, ਇੱਥੇ ਬਹੁਤ ਜ਼ਿਆਦਾ ਗਰੀਬੀ ਆ, ਇੱਥੇ ਲੋਕਾਂ ਨੂੰ ਲੋੜ ਬਹੁਤ ਆ, ਰੋਜ਼ ਆਉਂਦੇ ਆ, ਤੁਸੀਂ ਉਹ ਤੋਂ ਆਏ ਆ, ਇੱਥੇ ਬਾਹਰ ਬੀਬੀਆਂ ਬੈਠੀਆਂ ਆ, ਲੋਕ ਕਹਿੰਦੇ ਸਾਨੂੰ ਇੱਕ ਤਾਂ ਨੌਕਰੀ ਦਿਓ, ਇੱਕ ਸਾਡੇ ਮਕਾਨ ਵਾਸਤੇ ਪੈਸੇ ਦਿਓ, ਇੱਕ ਸਾਡੇ ਇਲਾਜ ਵਾਸਤੇ ਪੈਸੇ ਦਿਓ, ਐਵਰੀ ਡੇ ਇਟ ਇਜ਼ ਦਾ ਸੇਮ ਸਟੋਰੀ। ਪਰ ਚਲੋ ਜਿੰਨਾ ਅਸੀਂ ਕਰ ਸਕਦੇ ਕਰਦੇ ਹਾਂ, ਪਰ ਅਸੀਂ ਚਾਹੁੰਦੇ ਹਾਂ ਕੋਈ ਇੱਦਾਂ ਦਾ ਪਲੇਟਫਾਰਮ, ਇੱਦਾਂ ਦਾ ਆਪਣਾ ਕੋਈ ਪ੍ਰੋਗਰਾਮ ਬਣਨਾ ਚਾਹੀਦਾ ਜਿਹਨਾਂ ਜਿਹੜੇ NRI ਬਾਹਰ ਆਪਣੇ ਜਿਹਨਾਂ 'ਤੇ ਪਰਮਾਤਮਾ ਦੀ ਕਿਰਪਾ ਜਿਹੜਾ ਕੋਈ ਸਮਰੱਥਾ ਹੈਗੀ ਆ, ਜਿਹੜੇ ਕਪੈਸਿਟੀ ਹੋਲਡ ਕਰਦੇ ਨੇ, ਉਹ ਆ ਕੇ ਇੱਥੇ ਆਪਣੇ ਸੋਸ਼ਲ ਜਿਹੜਾ ਹੈਗਾ ਸੈਕਟਰ ਵਿੱਚ ਆਪਣਾ ਯੋਗਦਾਨ ਪਾ ਸਕਣ। ਪੰਜਾਬ ਦੀ ਤਰੱਕੀ ਵਿੱਚ NRI ਦਾ ਬਹੁਤ ਵੱਡਾ ਯੋਗਦਾਨ ਹੈ। ਦੇਖੋ ਉਹਨਾਂ ਨੇ ਸਕੂਲ ਵੀ ਬਣਾਏ, ਹਾਸਪਿਟਲ ਵਿੱਚ ਵੀ ਆ ਕੇ ਯੋਗਦਾਨ ਪਾਇਆ, ਅੱਛਾ ਗਰੀਬਾਂ ਵਾਸਤੇ ਵੀ ਕਰਦੇ ਨੇ। ਕਬੱਡੀ ਦੀ ਗੱਲ ਤਾਂ ਚਲੋ ਬਹੁਤ ਦੂਰ ਦੀ ਗੱਲ, ਬਹੁਤ ਵੱਡੀ ਆ ਕਬੱਡੀ, ਜਿਸ ਲੈਵਲ ਤੇ ਲੈ ਕੇ ਗਏ ਆ ਉਹ ਤਾਂ NRI ਦਾ ਯੋਗਦਾਨ ਆ। ਗੁਰੂ ਘਰਾਂ ਦੀ ਸਾਰੀ ਵਾਸਤੇ 1 ਕਰੋੜ ਰੁਪਇਆ ਦਿੱਤਾ ਆ, ਇੱਥੋਂ ਤੱਕ ਕਿ ਪਿੰਡਾਂ ਦੀ ਡਿਵੈਲਪਮੈਂਟ ਲਈ ਕਈ ਇੱਦਾਂ ਦੇ ਪਿੰਡ ਆ ਵੀ ਇੱਕ ਇੱਕ ਪਰਿਵਾਰ ਨੇ ਕਰੋੜ ਕਰੋੜ ਰੁਪਇਆ ਲਾ ਪਿੰਡ ਲਾਤਾ, ਸਾਰਾ ਪਿੰਡ ਵਧੀਆ ਬਣਾਤਾ, ਸੀਵਰੇਜ ਵੀ ਪਾਤਾ, ਟਾਇਲਿੰਗ ਵੀ ਕਰਤੀ, ਸੜਕਾਂ ਸਟਰੀਟ ਲਾਈਟਾਂ ਬਣਾਤੀਆਂ, ਖੇਡਾਂ ਵਾਸਤੇ ਵੀ ਕਰ ਰਹੇ ਆ। ਸੋ NRI ਬਹੁਤ ਕੁਛ ਕਰ ਸਕਦੇ ਆ ਜੀ, ਤੇ ਇਹ ਵੀ ਬੜੀ ਆਪਣੇ ਉਹਦੇ ਵਾਸਤੇ ਕਹਾਂਗੇ ਫਕਰ ਵਾਲੀ ਗੱਲ ਆ ਕਿ ਜਿਹੜੇ NRI ਬਾਹਰ ਰਹਿੰਦੇ ਨੇ ਉਹਨਾਂ ਨੇ ਆਪਣੇ ਪਿੰਡਾਂ ਨੂੰ ਨੀ ਭੁੱਲਿਆ। ਦੇਖੋ ਕਈ ਆਪਣੇ ਕੌਮਾਂ ਹੁੰਦੀਆਂ, ਕਈ ਲੋਕ ਕਈ ਦੇਸ਼ਾਂ ਦੇ ਲੋਕ ਆ, ਜਿਵੇਂ ਕਈ ਵਾਰੀ ਆਪਾਂ ਬਾਹਰ ਜਾਂਦੇ ਆ, ਚਾਈਨੀਜ਼ ਆ, ਵੀਟਨਾਮੀਜ਼ ਆ, ਕੋਰੀਅਨਸ ਆ, ਆਪਣੇ ਚਲੋ ਏਸ਼ੀਅਨ ਭਰਾ ਆ, ਉਹ ਪੁੱਛਦੇ ਭਾਈ ਤੁਸੀਂ ਪਿੱਛੇ ਜਾਂਦੇ ਹੋ, ਉਹ ਕਹਿੰਦੇ ਅਸੀਂ ਇੱਕ ਵਾਰੀ ਆ ਗਏ, ਪਿੱਛੇ ਮੁੜ ਕੇ ਨਹੀਂ ਦੇਖਿਆ। ਪਰ ਆਪਣੇ ਇਸ ਗੱਲ ਦੀ ਬਹੁਤ ਆਪਣੇ ਉਹਨਾਂ ਦੀ ਵਡਿਆਈ ਆ, ਉਹਨਾਂ ਦੀ ਖਾਸੀਅਤ ਆ ਕਿ ਆਪਣੇ ਨਗਰਾਂ ਨੂੰ, ਇਸ ਵਤਨ ਨੂੰ, ਪੰਜਾਬ ਦੀ ਮਿੱਟੀ ਨੂੰ ਉਹਨਾਂ ਨੇ ਭੁੱਲਿਆ ਨੀਗਾ, ਉਹਨਾਂ ਨੇ ਵਸਾਰਿਆ ਨਹੀਂ, ਤੇ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਕਿਸੇ ਵੀ ਮੁਸ਼ਕਿਲ ਤੋਂ ਬਗੈਰ ਤੁਹਾਨੂੰ ਮੌਕਾ ਮਿਲਣਾ ਚਾਹੀਦਾ NRI ਨੂੰ,
ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਇੱਥੇ ਆ ਕੇ ਆਪਣੇ ਸਮਾਜ ਦੇ ਆਪਾਂ ਕਰੀਏ ਕਰਕੇ ਜਿੱਥੇ ਦੇ ਆਪਾਂ ਜੰਮ ਪਲੇ ਆ ਜਿੱਥੇ ਦੇ ਆਪਾਂ ਆਪਣਾ ਪਿਛੋਕੜ ਆ ਆਪਣਾ ਵਿਰਸਾ ਆ ਆਪਣਾ ਇਤਿਹਾਸ ਆ ਗੁਰੂਆਂ ਦੀ ਧਰਤੀ ਆ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਿਲੋਸਫੀ ਆ ਜਿਹੜੀ ਸਿੱਖਿਆ ਆ ਗੁਰੂ ਗ੍ਰੰਥ ਸਾਹਿਬ ਦੀ ਐਡੀ ਮਹਾਨ ਟੀਚਿੰਗਸ ਆ ਉਹ ਰਹਿੰਦੀ ਦੁਨੀਆਂ ਤੱਕ ਆਪਣੇ ਕੋਲ ਰਹਿਣੀ ਆ ਤੇ ਆਪਾਂ ਉਹਦੇ ਥੱਲੇ ਰਹਿੰਦੇ ਹੋਏ ਆਪਾਂ ਵੀ ਆਪਣਾ ਵੱਧ ਤੋਂ ਵੱਧ ਕਰ ਸਕਦੇ ਹਾਂ ਕਰਨਾ ਚਾਹੀਦਾ ਅੱਗੇ ਵੀ ਬਹੁਤ ਕੀਤਾ ਐਨਆਰਐਚ ਨੇ ਤੇ ਉਹਨਾਂ ਨੂੰ ਹੁਣ ਵੀ ਹਰ ਖੇਤਰ ਵਿੱਚ ਆ ਕੇ ਯੋਗਦਾਨ ਪਾਉਣਾ ਚਾਹੀਦਾ ਜੀ। ਇੱਕ ਗੱਲ ਥੋੜੀ ਜਿਹੀ ਹੋਰ ਆ ਕਿ ਤੁਹਾਡੀ ਜਿੱਦਾਂ ਮੈਂ ਚਾਹੁੰਦਾ ਕਿ ਪਾਰਟੀ ਦੇ ਬਾਰੇ ਨਾ ਜਿੱਦਾਂ ਕਾਫੀ ਉੱਤੇ ਇਹ ਥੋੜੀ ਜਿਹੀ ਹੁਣ ਪਾਰਟੀ ਦੇ ਵਿੱਚ ਕੁਛ ਨਾਰਾਜ਼ ਹੋ ਕੇ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਕੁਛ ਵੱਖਰੀ ਆਪਣੀ ਜਾਂ ਪਾਰਟੀਆਂ ਜਿਹੜੇ ਕੁਛ ਬਣਾਉਣੇ ਚਾਹੁੰਦੇ ਸੀ, ਤੁਹਾਨੂੰ ਲੱਗਦਾ ਇਹਦੇ ਨਾਲ ਥੋੜੇ ਜਿਹੇ ਪਾਰਟੀ ਨੂੰ ਥੋੜਾ ਜਿਹਾ ਨੁਕਸਾਨ ਵੀ ਹੋ ਰਿਹਾ ਤੇ ਥੋੜੇ ਜਿਹੇ ਨੈਗੇਟਿਵ ਵੀ ਪਾਸੇ ਜਾ ਰਹੇ ਨੇ, ਉਹਦੇ ਲਈ ਕੀ ਕੁਛ ਕਹਿਣਾ ਚਾਹੋਗੇ ਤੁਸੀਂ? ਇੱਦਾਂ ਜੀ ਦੇਖੋ, ਜੇ ਕੋਈ ਸੀਨੀਅਰ ਲੀਡਰ ਪਾਰਟੀ ਨੂੰ ਛੱਡ ਕੇ ਜਾਂਦਾ ਆ ਤੇ ਉਹਦੇ ਤੇ ਪਾਰਟੀ ਦੇ ਤਾਂ ਉਹ ਤਾਂ ਫਰਕ ਤਾਂ ਪੈਂਦਾ ਹੀ ਆ, ਜ਼ਰੂਰ ਉਹਦਾ ਉਹਦਾ ਆਪਾਂ ਨੂੰ ਕਮਜ਼ੋਰੀ ਸਾਹਮਣੇ ਕਰਨੀ ਪੈਂਦੀ ਹੈ ਵੀ ਆਪਾਂ ਕਮਜ਼ੋਰ ਹੁੰਦੇ ਹਾਂ, ਨੁਕਸਾਨ ਹੋਊਗਾ ਜ਼ਰੂਰ। ਬਟ ਇਹ ਆ ਵੀ ਸਾਨੂੰ ਬੜੀ ਆਸ ਸੀ ਕਿ ਬਹੁਤ ਸੀਨੀਅਰ ਲੀਡਰ ਸੀ ਜਿਨ੍ਹਾਂ ਨੇ ਸਾਰੀਆਂ ਉਮਰਾਂ ਆਪਣੇ ਲਾਈਆਂ ਸ਼੍ਰੋਮਣੀ ਅਕਾਲੀ ਦਲ ਵਾਸਤੇ, ਤੇ ਜਿਹੜਾ ਅਕਾਲੀ ਦਲ ਦਾ ਸਿਧਾਂਤ ਆ ਜਾਂ ਇਹਨੂੰ ਆਪਾਂ ਪੰਥਕ ਸੋਚ ਨੂੰ ਕਹਿ ਸਕਦੇ ਹਾਂ, ਇਹ ਤਾਂ ਸਾਰਿਆਂ ਵਾਸਤੇ ਸਰਬ ਸਾਂਝੀ ਸੀਗੀ। ਮਤਲਬ ਗਰੀਬਾਂ ਦੇ ਭਲੇ ਲਈ ਸੀ, ਧਰਮ ਦੀ ਰੱਖਿਆ ਕਰਨ ਵਾਸਤੇ ਸੀ, ਸੇਵਾ ਵਾਸਤੇ ਸੀਗੀ ਤੇ ਇਨਸਾਫ ਦੇਣ ਵਾਸਤੇ ਸੀ। ਜੇ ਕਿਤੇ ਉਹਨਾਂ ਨੂੰ ਥੋੜਾ ਬਹੁਤਾ ਕਿਤੇ ਉਹਨਾਂ ਦੀ ਮਨ ਵਿੱਚ ਕੋਈ ਗੁੱਸਾ ਜਾਂ ਨਾਰਾਜ਼ਗੀ ਸੀ ਜਾਂ ਉਹਨਾਂ ਨੂੰ ਕਿਸੇ ਗੱਲ ਦਾ ਗਿਲਾ ਸੀਗਾ, ਉਹ ਬੈਠ ਕੇ ਜੇ ਦੂਰ ਕਰ ਲੈਂਦੇ ਬਹੁਤ ਚੰਗਾ ਹੋਣਾ ਸੀਗਾ। ਪਰ ਕਈ ਵਾਰੀ ਸਿਆਸਤ ਵਿੱਚ ਇੱਦਾਂ ਫੈਸਲੇ ਕਈ ਲੀਡਰਸ ਨੂੰ ਲੈਣੇ ਪੈਂਦੇ ਆ ਜਾਂ ਲੈ ਲੈਂਦੇ ਆ ਜਿਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਬਾਅਦ ਮੋੜ ਫੇਰ ਦੁਬਾਰਾ ਕੱਟ ਹੁੰਦਾ, ਛੇਤੀ ਕਿਤੇ ਉਹ ਆਪਣੇ ਦੁਬਾਰਾ ਮੋੜ ਕੱਟ ਨਹੀਂ ਹੁੰਦਾ, ਉਸ ਆਪਣੇ ਪਲੇਟਫਾਰਮ ਤੇ ਉਸ ਮੁਕਾਮ ਤੇ ਵਾਪਸ ਨਹੀਂ ਆ ਸਕਦੇ। ਇਹ ਜੇ ਇਕੱਠੇ ਹੋ ਕੇ ਆਪਣੇ ਇਲੈਕਸ਼ਨ ਲੜੀਏ, ਇਕੱਠੇ ਹੋ ਕੇ ਪੰਜਾਬ ਵਾਸਤੇ ਕੋਈ ਗੱਲ ਆਖੀਏ ਤੇ ਉਹਦੇ ਨਾਲ ਆਪਾਂ ਸਾਰੇ ਹੀ ਆਪਣੇ ਆਪਾਂ ਨੂੰ ਸ਼ਕਤੀ ਮਿਲਦੀ ਆ, ਆਪਣੇ ਸਾਰਿਆਂ ਦਾ ਫਾਇਦਾ, ਤੇ ਜੇ ਆਪਾਂ ਵੱਖਰੇ ਵੱਖਰੇ ਹੁੰਦੇ ਹਾਂ ਜ਼ਰੂਰ ਉਹਦੀ ਢਾਤ ਲੱਗਦੀ ਹੈ ਜੀ। ਸਾਡੇ ਉੱਧਰ ਚਲੋ ਮੈਂ ਤੁਹਾਡੇ ਇੰਗਲੈਂਡ ਦੀ ਗੱਲ ਕਰਨਾ ਚਾਹੁੰਦਾ, ਗਲਤੀਆਂ ਉੱਧਰ ਵੀ ਜਾਂ ਕਿਸੇ ਤੋਂ ਹੋ ਜਾਂਦੀਆਂ ਜਾਂ ਕਿਸੇ ਨੇ ਮਿਸਟੇਕ ਕੀਤੀ ਤੇ ਉਹ ਉਸੇ ਵੇਲੇ ਅਸਤੀਫਾ ਦੇ ਕੇ ਨਾ ਉਹ ਘਰ ਬਹਿ ਜਾਂਦਾ, ਜਾਂ ਉਹ ਤੋਂ ਪਾਰਟੀ ਅਸਤੀਫਾ ਲੈ ਲੈਂਦੀ ਵੀ ਤੇ ਉਹ ਰਹਿੰਦੇ, ਫਿਰ ਪ੍ਰੈਸ ਵੀ ਉਹਦਾ ਪਿੱਛਾ ਨਹੀਂ ਕਰਦੀ ਹੈਗੀ। ਜਿੱਦਾਂ ਹੁਣ ਆਪਣੇ ਇੱਥੇ ਕਿ ਇੱਕ ਪਾਰਟੀ ਨੂੰ ਛੱਡਿਆ ਦੂਸਰੀ ਨੂੰ, ਪਹਿਲਾਂ ਉਹਦੀਆਂ ਸਿਫਤਾਂ ਕਰੀ ਜਾਣੀਆਂ, ਬਾਅਦ ਚ ਉਹਦੇ ਵਿਰੋਧ ਤਾਂ ਕਰੀ ਜਾਣੀ ਹੈਗੀ ਹੈ ਨਾ, ਉਹ ਫਿਰ ਲੋਕਾਂ ਦੇ ਵਿੱਚ ਵੀ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਵੀ ਕਾਫੀ ਜਿਹੜਾ ਉਹ ਉੱਥੇ ਕਮੈਂਟਸ, ਚਲੋ ਮੈਂ ਉਹਦੇ ਨਾਲ ਬਹੁਤ ਸਹਿਮਤ ਨਹੀਂ ਹੈਗਾ, ਨਕਲੀ ਆਈਡੀਆ ਬਣਾਈਆਂ ਜੋ ਮਰਜ਼ੀ ਕਿਸੇ ਬਾਰੇ ਲਿਖੀ ਚਲੋ ਤੁਸੀਂ ਹੈ ਨਾ, ਕਿਉਂਕਿ ਜਿਹੜੀ ਸੱਚਾਈ ਹੁੰਦੀ ਉਹ ਸੱਚਾਈ ਹੁੰਦੀ ਆ, ਉਹਦੇ ਵਿੱਚ ਥੋੜਾ ਜਿਹਾ ਲੋਕਾਂ ਨੂੰ ਵੀ ਐਵੇਂ ਕਰਨੀਆਂ ਤਾਂ ਜ਼ਿੰਮੇਵਾਰੀਆਂ ਹੁੰਦੀਆਂ ਤੁਸੀਂ ਸਾਰਿਆਂ ਨੇ, ਉਹ ਇੱਕ ਮਾਹੌਲ ਜਿਹਾ ਲੋਕਾਂ ਦੇ ਵਿੱਚ ਬਣ ਜਾਂਦਾ ਸਾਰਾ ਕੁਛ ਜਿਹੜਾ। ਇਹ ਤਾਂ ਹੈਗਾ ਜੀ, ਦੇਖੋ ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਆਪਣਾ ਇੰਡੀਆ ਦਾ ਪੋਲੀਟੀਕਲ ਸਿਸਟਮ ਇੱਥੇ ਬਹੁਤਾ ਵਿਚਾਰਧਾਰਾ ਤੇ ਨਹੀਂ ਹੈਗਾ ਨਿਰਭਰ ਕਰਦਾ, ਆਈਡੀਓਲੋਜੀ ਬੇਸਡ ਹੈਗਾ ਉਹ ਤਾਂ। ਦੇਖੋ ਇਹ ਤਾਂ ਸਿੱਖਾਂ ਦੀ ਜਿਹੜੀ ਨਾ ਹੈਗੀ ਆ ਰਹੀ ਆ ਸਦਾ ਹੀ, ਇੱਕ ਕਹਿ ਲਓ ਸੇਵਾ ਦੀ ਭਾਵਨਾ ਕਹਿ ਲਓ, ਸਿਆਸਤ ਕਹਿ ਲਓ, ਇਹ ਧਰਮ ਤੇ ਸਿਆਸਤ ਸਦਾ ਇਕੱਠੇ ਰਹੇ ਆ ਸਿੱਖਾਂ ਦੇ। ਜੇ ਧਰਮ ਸਿਆਸਤ ਵਿੱਚ ਹੈਗਾ ਤੇ ਸਿਆਸੀ ਬੰਦਾ ਗਲਤੀ ਕਰਨ ਲੱਗਾ ਹਜ਼ਾਰ ਵਾਰੀ ਸੋਚੂਗਾ, ਜੇ ਆਪਾਂ ਧਰਮ ਨੂੰ ਕੱਢ ਦਈਏ ਤੇ ਫਿਰ ਤਾਂ ਹਰ ਬੰਦਾ ਆਜ਼ਾਦ ਹੈ ਜੋ ਮਰਜ਼ੀ ਕਰੇ, ਫਿਰ ਉਹ ਕਹਿੰਦਾ ਜਦ ਕਿ ਰੱਬ ਦਾ ਡਰ ਹੀ ਨਹੀਂ ਰਿਹਾ। ਇਹ ਤਾਂ ਇੱਥੇ ਜ਼ਰੂਰ ਆ ਕਿ ਆਪਣੇ ਜਿਹੜੀ ਥੋੜੀ ਬਹੁਤੀ ਨਾ ਮੌਕਾ ਪ੍ਰਸਤੀ ਵੀ ਕਹਿ ਲਓ ਸਿਆਸਤ ਵਿੱਚ ਹੈਗੀ ਆ, ਹਰ ਲੀਡਰ ਮੌਕਾ ਪ੍ਰਸਤੀ ਦੇਖ ਕੇ ਤੇ ਆਪਣਾ ਕਰਦਾ ਆ ਸੋਚਦਾ ਆ ਫਾਇਦਾ ਸੋਚਦਾ ਆਪਣਾ, ਲੇਕਿਨ ਇਹ ਇਹਦਾ ਕੋਈ ਲੋਕਾਂ ਦਾ ਨਹੀਂ ਆਪਾਂ ਇਹ ਚ ਭਲਾ ਕਰਦੇ, ਜਾਂ ਬੰਦਾ ਫਿਰ ਉਹੀ ਗੱਲ ਆਪਣੇ ਆਪਣੇ ਸੋਚਦਾ ਆ ਲੋਕਾਂ ਦਾ ਨਹੀਂ ਸੋਚਦਾ। ਹਾਂ ਦੇਖੋ ਜੇ ਕਿਸੇ ਨੇ ਕੋਈ ਏਦਾਂ ਦੀ ਗਲਤੀ ਕੀਤੀ ਆ ਉਹਨੂੰ ਜ਼ਰੂਰ ਉਹਦਾ ਆਪਣਾ ਅਹਿਸਾਸ ਹੋਣਾ ਚਾਹੀਦਾ ਆ, ਅਹਿਸਾਸ ਹੋ ਕੇ ਉਹਨੂੰ ਚਲੋ ਠੀਕ ਆ, ਜਿੱਦਾਂ ਆਪਾਂ ਅੱਗੇ ਗਏ ਗੱਲ ਆਖੀਏ ਕਿ ਆਪਾਂ ਖਿਮਾ ਮੰਗ ਲੈਂਦੇ ਹਾਂ ਗੁਰੂ ਸਾਹਿਬ ਤਾਂ ਬਖਸ਼ਣ ਆ ਰਿਹਾ, ਜੇ ਚਲੋ ਆਪਾਂ ਸਿੱਖ ਪੰਥ ਦੀ ਸੇਵਾ ਕਰਦੇ ਹਾਂ ਤਾਂ ਜੇ ਆਪਾਂ ਉੱਥੇ ਜਾ ਕੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਜਾ ਕੇ ਖਿਮਾ ਜਾਚਨਾ ਕਰ ਲਈ ਸੇਵਾ ਕਰ ਲਈ ਗੁਰੂ ਸਾਹਿਬ ਬਖਸ਼ ਦਿੰਦੇ ਆ, ਲੋਕੀ ਵੀ ਮਾਫ਼ ਕਰ ਦਿੰਦੇ ਆ, ਵੱਡੇ ਵੱਡੇ ਪਾਪੀ ਵੀ ਮਾਫ਼ ਕਰਤਾ ਜੀ। ਸੋ ਇਹ ਤਾਂ ਆਪਣੇ ਸਿਧਾਂਤ ਵਿੱਚ ਹੈਗਾ ਹੀ ਆ, ਪਰ ਸਿਆਸਤ ਨੂੰ ਬਹੁਤਾ ਜ਼ਿਆਦਾ ਇੱਥੇ ਨਾ ਨਿੱਜ ਵਾਸਤੇ ਲੀਡਰ ਵਰਤ ਰਹੇ ਆ, ਕੋਈ ਬਹੁਤੀ ਗੱਲ ਉਹਨਾਂ ਦੀ ਜਿਹੜੀ ਆਪਣੇ ਸਿਧਾਂਤਕ ਜਾਂ ਵਿਚਾਰਧਾਰਕ ਗੱਲ ਘੱਟ ਲੱਗਦੀ ਆ ਜਿਹੜੀ ਕਿ ਹੋਣੀ ਚਾਹੀਦੀ ਹੈ ਜੀ। ਬਡਾਲਾ ਸਾਹਿਬ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਆ ਤੇ ਕਾਫੀ ਤੁਹਾਨੂੰ ਜਿਹੜੇ ਮਿਲਣ ਵੀ ਆ ਰਹੇ ਆਏ ਨੇ ਬਾਹਰ, ਤੇ ਹਲੇ ਤੁਸੀਂ ਹੋਰ ਵੀ ਤੁਹਾਡੇ ਪ੍ਰੋਗਰਾਮ ਸੀ, ਪਰ ਆਹ ਵੀ ਇੱਕ ਮੈਸੇਜ ਬਹੁਤ ਜ਼ਰੂਰੀ ਸੀਗਾ, ਅਸੀਂ ਚਾਹੁੰਦੇ ਸੀਗੇ ਕਿ ਸਾਡੇ ਜਿੰਨੇ ਵੀ ਸਰੋਤੇ ਨੇ ਦਰਸ਼ਕ ਨੇ
ਬਾਹਰ ਕਿਉਂਕਿ ਇਹ ਆਪਣਾ ਤਕਰੀਬਨ 35-40 ਕੰਟਰੀਆਂ ਦੇ ਵਿੱਚ ਜਾਂਦਾ ਪ੍ਰੋਗਰਾਮ ਤੇ ਹੋਰ ਤੁਸੀਂ ਅਖੀਰ ਤੇ ਕੀ ਕਹਿਣਾ ਚਾਹੁੰਦੇ ਆ ਸਾਰੇ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਪਹਿਲਾਂ ਤਾਂ ਸਾਰਿਆਂ ਨਾਲ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਪਣੇ ਬਜ਼ੁਰਗਾਂ ਵੀਰਾਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਦੇ ਆ ਵੀਨਸ ਟੀਵੀ ਦੇ ਮਾਧਿਅਮ ਰਾਹੀਂ ਕਿ ਤੁਸੀਂ ਸਾਰਿਆਂ ਨੇ ਪੰਜਾਬੀਆਂ ਦਾ ਬਹੁਤ ਮਾਣ ਉੱਚਾ ਕੀਤਾ ਆ ਵਿਦੇਸ਼ਾਂ ਵਿੱਚ ਜਾ ਕੇ ਬੜੀ ਸਖ਼ਤ ਮਿਹਨਤ ਕੀਤੀ ਬੜੀ ਦਸਾਂ ਨਹਾਂ ਦੀ ਕਿਰਤ ਕੀਤੀ ਲੰਬਾ ਸਮਾਂ ਉੱਥੇ ਜਾ ਕੇ ਵਿਚੜੇ ਆਪਣੇ ਘਰ ਬਾਰ ਛੱਡ ਕੇ ਬੱਚੇ ਛੱਡ ਕੇ ਮਾਤਾ ਪਿਤਾ ਤੋਂ ਦੂਰ ਰਹਿ ਕੇ ਤੇ ਇਹ ਵੀ ਨਾਲ ਹੈਗਾ ਕਿ ਗੁਰੂ ਸਾਹਿਬ ਨੇ ਆਪਣੇ ਤੇ ਕਿਰਪਾ ਵੀ ਬੜੀ ਕੀਤੀ ਜਿਹਨਾਂ ਜਿਹਨਾਂ ਪਰਿਵਾਰਾਂ ਨੇ ਜਾ ਕੇ ਉੱਥੇ ਲੰਬਾ ਸਮਾਂ ਸੰਘਰਸ਼ ਕੀਤਾ ਉਹਨਾਂ ਤੇ ਪਰਮਾਤਮਾ ਦੀ ਮਿਹਰ ਵੀ ਹੋਈ ਅੱਜ ਬਹੁਤ ਵਧੀਆ ਆਪਣੇ ਮੁਕਾਮ ਤੇ ਸਾਰੇ ਪੰਜਾਬੀ ਭਾਈਚਾਰਾ ਆਪਣਾ ਬੈਠਾ ਆ ਅੱਜ ਦੁਨੀਆਂ ਦੇ ਲੋਕ ਆਪਣੀ ਇੱਜ਼ਤ ਕਰ ਰਹੇ ਆ ਆਪਣਾ ਸਤਿਕਾਰ ਆ ਦੁਨੀਆਂ ਦੇ ਆਪਣੇ ਕੌਮਾਂ ਵਿੱਚ ਆਪਾਂ ਨੂੰ ਸਮਝਦੇ ਕਿ ਇਹ ਚੰਗੇ ਲੋਕ ਨੇ ਇਹ ਕਿਰਤ ਕਰਦੇ ਨੇ ਇਹ ਸੱਚ ਬੋਲਦੇ ਨੇ ਸੇਵਾ ਕਰਦੇ ਨੇ ਅੱਜ ਜਦ ਆਪਾਂ ਦੇਖਦੇ ਹਾਂ ਕਿ ਸਾਰੇ ਦੁਨੀਆਂ ਦੇ ਦੇਸ਼ਾਂ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਉੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਇਸ ਤੋਂ ਵੱਡੀ ਖੁਸ਼ੀ ਹੋਰ ਕਿਹੜੀ ਆਪਣੇ ਸਾਰਿਆਂ ਵਾਸਤੇ ਹੋ ਸਕਦੀ ਹੈ ਸੋ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਨਾਲ ਨਾਲ ਇੱਕ ਬੇਨਤੀ ਵੀ ਆ ਅਪੀਲ ਵੀ ਆ ਸਾਰੀ ਬਾਹਰਲੀ ਸੰਗਤ ਨੂੰ ਕਿ ਦੇਖੋ ਤੁਸੀਂ ਸਦਾ ਹੀ ਆਪਣੇ ਪੰਜਾਬ ਦੇ ਨਾਲ ਆਪਣੇ ਸਮਾਜ ਨਾਲ ਆਪਣੇ ਵਤਨ ਦੇ ਨਾਲ ਆਪਣੇ ਦੇਸ਼ ਨਾਲ ਜੁੜ ਕੇ ਰਹੇ ਹਾਂ ਇਸ ਮਿੱਟੀ ਦਾ ਆਪਾਂ ਨੂੰ ਸਦਾ ਹੀ ਮੋਹ ਰਿਹਾ ਖਿੱਚ ਵੀ ਰਹੀ ਆ ਆਪਣੇ ਦੇਸ਼ ਦੀ ਆਪਣੇ ਵਤਨ ਦੀ ਐਵੇਂ ਜਿਵੇਂ ਆਪਾਂ ਸਾਰੇ ਇਕੱਠੇ ਜੁੜ ਕੇ ਰਹੀਏ ਤੇ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ ਇੱਥੇ ਹਰ ਖੇਤਰ ਵਿੱਚ ਅਸੀਂ ਤੁਹਾਡੀ ਜਦ ਵੀ ਕਿਤੇ ਸਾਡੀ ਲੋੜ ਹੋਵੇ ਸਾਨੂੰ ਜ਼ਰੂਰ ਯਾਦ ਕਰਿਓ ਕਿਸੇ ਵੀ ਮਸਲੇ ਵਿੱਚ ਪਰਮਾਤਮਾ ਕਦੀ ਮੁਸ਼ਕਲ ਤਾਂ ਕਿਸੇ ਤੇ ਵੀ ਨਾ ਲਿਆਵੇ ਪਰ ਆਪਾਂ ਇਕੱਠੇ ਹੋ ਕੇ ਜੇ ਆਪਣੇ ਸਮਾਜ ਲਈ ਪੰਜਾਬ ਲਈ ਆਪਾਂ ਕੁਛ ਕਰੀਏ ਤਾਂ ਉਹਦਾ ਬਹੁਤ ਜ਼ਿਆਦਾ ਅਸਰ ਹੋਊਗਾ ਉਹਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ।